ਸੀਲ ਬੜੀ ਕਿੱਦਾਂ ਅਸਲਾਮ ਵਾਲੇਕਮ ਜੀ। ਅੱਛਾ ਜੀ, ਭਰਾਵਾਂ ਵਾਸਤੇ ਚਾਰ ਕਾਵਾਂ ਵੀਡੀਓ ਲੈ ਕੇ ਹਾਜ਼ਰ ਆਏ ਹਾਂ। ਮਾਸ਼ਾਅੱਲਾ ਦੋ ਵੱਡੀਆਂ ਵਹਿੜਾਂ ਨੇ ਅਤੇ ਦੋ ਦਰਮਿਆਨੀਆਂ। ਪਹਿਲੇ ਨੰਬਰ 'ਤੇ ਪਹਿਲਨ ਵਹਿੜ ਏ, ਮਾਸ਼ਾਅੱਲਾ ਮੂੰਹ ਚਲੇ ਦਿਕਰ ਚੋਗੀ ਏ ਅਤੇ ਹੁਣ ਚਵਾਈ ਕਰ ਲਈ ਇਹਦੀ। ਅਤੇ ਇਹਦੇ ਕੋਲ ਦੁੱਧ ਜਿਹੜਾ ਹੈਗਾ 14-15 ਲੀਟਰ ਇਸ ਟਾਈਮ ਬੋਲਿਆ ਗਿਆ। ਮਾਸ਼ਾਅੱਲਾ ਚੰਗਾ ਵਜ਼ਨ 17-18 ਮਨ ਦੀ ਵਹਿੜ ਏ। ਪਹਿਲਨ ਵਹਿੜ ਮੂੰਹ 'ਚ ਦੋਂਦੀ, ਸਿਰ ਤੋਂ ਕੋਨੀ ਡੱਬੇ ਰੰਗ ਵਿੱਚ ਫਰੀਜ਼ਨ ਗਰਾਸ ਅਤੇ ਮਗਰ ਇਹਨੇ ਵੱਛਿਆ ਮਾਸ਼ਾਅੱਲਾ 14-15 ਕਿਲੋ ਇਸ ਟਾਈਮ ਦੁੱਧ, ਮਤਲਬ ਕਿ ਠੰਡਾ ਹੈਗਾ ਪਰ 4-5 ਦਿਨਾਂ ਸੂਈ ਹੋਈ ਹੈ, ਤਾਜ਼ੀ ਸੂਈ ਹੈ। ਸੋਹਣਾ ਥਾਂ ਨੇ ਮਾਸ਼ਾਅੱਲਾ, ਸੋਹਣਾ ਲਿਬਾਸ ਹੈ। ਐਸੀ ਹੁਣ ਚਵਾਈ ਹੋ ਗਈ ਹੈ, ਚਵਾਈ ਕਰਕੇ ਲੈਂਦੀ ਜਾਂਦੀ ਹੈ ਅਤੇ ਹੁਣ ਲੈ ਕੇ ਜਾਂਦੀ ਹੈ ਜਿੱਕਰ ਤੁਹਾਨੂੰ ਵੀਡੀਓ ਬਣਾਉਣ ਲੱਗੇ। ਬੜੀ ਸੀਲ ਸ਼ਰਾਫ, ਜੇ ਮਰਜ਼ੀ ਥੱਲੇ ਬਹਿ ਜਾਓ, ਤੰਗਾ ਪਾਓ ਨਾ ਪਾਓ ਲੱਤ ਨਹੀਂ ਚੱਕਣੀ ਹੈ। ਚੰਗਾ ਵਜ਼ਨ ਹੈ ਮਾਸ਼ਾਅੱਲਾ, ਸਿਰ ਤੋਂ ਕੋਨੀ ਹੈ, 10-11 ਫੁੱਟ ਵੈੜ ਲੰਮੀ ਹੈ। ਅਤੇ ਉਹਨੇ ਮਗਰ ਆਹ ਵੱਛਿਆ ਜੀ ਡੱਬਾ, 8-10-5-7 ਦਿਨਾਂ ਜੀ, 8-10 ਜ਼ਿਆਦਾ ਜ਼ਿਆਦਾ ਸੂਈ ਹੋਈ ਹੈ ਮਾਸ਼ਾਅੱਲਾ। 14-15 ਲੀਟਰ ਦੁੱਧ ਵੈੜ ਕੋਲ। ਉਸ ਤੋਂ ਬਾਅਦ ਜੇ ਦੂਜੇ ਨੰਬਰ 'ਤੇ ਜਿਹੜੀ ਵੈੜ ਇੰਨੀ, ਪਹਿਲੇ ਇੱਕ ਵਾਰ ਵੀਡੀਓ ਬਣ ਚੁੱਕੀ ਹੈ, ਇਹ ਵੈੜ ਕੋਲ ਲਿਬਾਸ ਜਿਹੜਾ ਹੈਗਾ ਮਾਸ਼ਾਅੱਲਾ ਪੂਰਾ 25-30 ਲੀਟਰ ਵਾਲਾ। ਲੇਕਿਨ ਇਸ ਟਾਈਮ ਜਿਹੜਾ ਦੁੱਧ ਹੈਗਾ 20-22 ਲੀਟਰ ਦੁੱਧ ਹੈ। ਸੋਹਣਾ ਥਾਣੇ ਮਾਸ਼ਾਅੱਲਾ, ਕੱਦ ਕੁੱਦ ਚੰਗਾ, ਥੱਲੋਂ ਬੜੀ ਖੁੱਲ੍ਹੀ ਹੈ, ਸਿਰ ਤੋਂ ਕੋਨੀ ਹੈ, ਡੱਬੇ ਰੰਗ ਵਿੱਚ ਫਰੀਜ਼ਨ ਹੈ, ਪੂਰੀ ਡੈਸ਼ਬਾਜ਼ ਹੈ, ਪੂਰੀ ਸ਼ਕੀਨ ਵੈੜ ਹੈ। ਚੈੱਕ ਕਰੋ ਜੀ, ਚੰਗਾ ਮਾਸ਼ਾਅੱਲਾ ਲਿਬਾਸ ਹੈ ਕਰਮਾਲੀ ਕੋਲ, ਸੋਹਣਾ ਥੱਬੇ ਜਿੱਡਾ ਅਤੇ ਡੱਬੇ ਰੰਗ ਵਿੱਚ ਮਗਰ ਇਹਦੇ ਵੱਛਿਆ ਜੀ। ਫਰੀਜ਼ਨ ਵੈੜ ਹੈ ਜੀ, ਫਰੀਜ਼ਨ ਕਰਾਸ ਹੈ ਮਾਸ਼ਾਅੱਲਾ, ਸਿਰ ਤੋਂ ਕੋਨੀਆ, ਮਗਰ ਆ ਵੱਛਿਆ ਜੀ ਡੱਬਾ। ਗਿੱਠ ਗਿੱਠ ਅਤੇ ਵੰਡਾਂ ਨੇ ਥਣਾਂ ਦੀਆਂ, ਸੋਹਣਾ ਥਾਂ ਨੇ ਕਰਮਾਲੀ ਕੋਲ, 18-20 ਲੀਟਰ ਬੋਲਿਆ ਅਤੇ ਬੜੀ ਸੁਥਰੀ ਹੈ, ਕੱਦ ਕੁੱਦ ਚੰਗਾ, 5.5-6 ਫੁੱਟ ਕੱਦ ਦੇ, 11 ਫੁੱਟ ਵੈੜ ਲੰਮੀ ਹੈ। ਦੋ ਵੱਡੀਆਂ ਵੈੜਾਂ ਨੇ, ਦੋ ਛੋਟੀਆਂ ਨੇ। ਦੋ ਛੋਟੀਆਂ ਮਤਲਬ ਕਿ ਮਤਲਬ ਦਰਮਿਆਨੇ ਰੇਂਜ ਦੀਆਂ ਨੇ। ਅਤੇ ਆਹ ਜਿਹੜੀਆਂ ਗਾਵਾਂ ਤੁਹਾਨੂੰ ਦਿਖਾ ਰਹੇ ਹਾਂ, ਮਾਸ਼ਾਅੱਲਾ ਇਹਦੇ ਕੋਲ ਇਸ ਟਾਈਮ 15 ਲੀਟਰ, 14-15 ਲੀਟਰ ਦੁੱਧ ਹੈ। ਅਤੇ ਦੂਸਰੀ ਕੋਲ ਜਿਹੜਾ ਦੁੱਧ ਹੈਗਾ ਉਹਦੇ ਕੋਲ ਦੁੱਧ ਹੈਗਾ 18-20 ਲੀਟਰ। ਅਤੇ ਕੀਮਤਾਂ ਬੜੀਆਂ ਮੁਨਾਸਬ ਨੇ। ਜਿਹੜੀ ਆਹ ਪਹਿਲੇ ਨੰਬਰ 'ਤੇ ਵੈੜ ਹੈਗੀ ਆਹ ਜਿਹੜੀ, ਇਹ 4.5 ਲੱਖ ਰੁਪਈਆ ਦੀ ਡਿਮਾਂਡ ਹੈ, ਪੂਰੀ 4.5 ਲੱਖ ਰੁਪਈਆ ਉਹਦੀ ਜਿਹੜੀ ਡਿਮਾਂਡ ਹੈਗੀ, ਉਹਦੀ 4,70,000 ਹੈ। 9,20,000 ਰੁਪਏ ਡਿਮਾਂਡ ਹੈ, ਆਲ ਪੰਜਾਬ ਡਿਲੀਵਰੀ ਫਰੀ ਹੈ। ਅਤੇ ਅਗਰ ਕੋਈ ਬੰਦਾ ਲੈਣਾ ਚਾਹੁੰਦਾ ਹੋਵੇ ਰਾਬਤਾ ਕਰ ਸਕਦਾ, ਇਹ ਵੈੜਾ 9 ਲੱਖ ਰੁਪਈਆ ਡਿਲੀਵਰੀ ਫਰੀ। ਤੀਸਰੇ ਨੰਬਰ ਵੈੜ ਜਿਹੜੀ ਹੈਗੀ ਜਰਸੀ ਦੇ ਵਲੈਤਨ ਕਰਾਸ ਹੈ, ਡਿਲੀਵਰੀ ਵਾਸਤੇ ਤਿਆਰ ਹੈ। ਦਿਨ ਕੱਢ ਦੀਏ ਜੇ ਕੋਈ 14-15 ਅਤੇ ਮਾਸ਼ਾਅੱਲਾ ਥੱਲੋਂ ਬੜੀ ਖੁੱਲ੍ਹੀ ਬਣਦੀ ਪਈ ਹੈ। ਇਹ ਛੱਡ ਕੇ ਤਾਂ ਨਹੀਂ ਵਿਖਾਈ ਹੈ, ਥੋੜ੍ਹੀ ਡਰਦੀ ਹੈ, ਇਸ ਵਜ੍ਹਾ ਤੋਂ ਵਿਖਾਈ, ਸਿਰ ਤੋਂ ਕੋਨੀ ਹੈ, ਜਰਸੀ ਦੇ ਵਲੈਤਨ ਕਰਾਸ ਹੈ, 5.5-6 ਫੁੱਟ ਕੱਦ ਹੈ, 6 ਫੁੱਟ ਵੈੜ ਦਾ ਕੱਦ ਹੈ, 11 ਫੁੱਟ ਵੈੜ ਲੰਮੀ ਹੈ ਅਤੇ ਜਰਸੀ ਕਰਾਸ ਹੈ। ਥਣ ਬੜਾ ਸੋਹਣਾ, ਮੁੱਠ ਮੁੱਠਾ, ਚੰਗੀਆਂ ਵੰਡਾਂ ਅਤੇ ਕੱਦ ਕੁੱਦ ਚੰਗਾ, ਲੰਮੀ ਚੰਗੀ ਹੈਗੀ ਹੈ। ਅੱਜ ਤੀਕਰ ਗਾਂ ਤਕਰੀਬਨ ਕਮੋ ਪੇਸ਼ 10-15 ਦਿਨ ਕੱਚੀ ਹੈ, 8 ਤਰੀਕ ਨੂੰ ਦਿਨ ਪੂਰੇ ਨੇ ਮਾਸ਼ਾਅੱਲਾ। ਚੈੱਕ ਕਰ ਲਓ ਜੀ, ਇਹ ਛੱਡ ਕੇ ਇਸ ਵਜ੍ਹਾ ਤੋਂ ਮਖਾਈ ਨਾ, ਮਤਲਬ ਕਿ ਡਰਦੀ ਹੈ ਭੱਜ ਭੈਣ ਜੀ ਥੋੜ੍ਹੀ ਇਸ ਵਜ੍ਹਾ ਤੋਂ ਉਪਰੇ ਬੰਦੇ ਤੋਂ। ਅਤੇ ਮਾਸ਼ਾਅੱਲਾ ਖੂਨ ਖਾਨ ਚੰਗਾ, ਵੈੜ ਕੋਲ ਕੱਦ ਕੁੱਦ ਚੰਗਾ, ਲਿਬਾਸ ਚੰਗਾ। ਉਸ ਤੋਂ ਬਾਅਦ ਉਹ ਆਹ ਜਿਹੜੀ ਚੋਲਸਤਾਨੀ ਗਾਂ ਹੈ, ਇਹਦੇ ਕੋਲ ਦੁੱਧ ਹੈਗਾ ਮਤਲਬ ਕਿ 8-10 ਕਿਲੋ ਤਾਜ਼ਾ ਸੂਈ ਹੈ। ਇਹਦੀ ਕੀਮਤ ਹੈਗੀ ਹੈ 2 ਲੱਖ, ਹਾਂਜੀ ਇਹਦੀ ਕੀਮਤ ਹੈਗੀ ਹੈ 2,60,000 ਰੁਪਈਆ, 2,60,000 ਰੁਪਈਆ ਇਹਦੀ ਕੀਮਤ ਹੈ। ਜਿਹੜੀ ਉਹ ਜਰਸੀ ਕੇ ਵੈੜ ਹੈ, ਉਹ ਜਰਸੀ ਵੈੜ ਇਹਦੀ ਕੀਮਤ ਹੈਗੀ ਹੈ 3,33,000 ਰੁਪਈਆ, ਆਲ ਪੰਜਾਬ ਡਿਲੀਵਰੀ ਫਰੀ। ਆਲ ਪੰਜਾਬ ਮਤਲਬ ਜ਼ਿਆਦਾ ਤੋਂ ਜ਼ਿਆਦਾ 100 ਕਿਲੋਮੀਟਰ ਡਿਲੀਵਰੀ ਫਰੀ ਹੈ।
ਅਗਰ ਕੋਈ ਬੰਦਾ ਲੈਣਾ ਚਾਹੁੰਦਾ ਹੋਵੇ ਰਾਬਤਾ ਕਰ ਸਕਦਾ ਹੈ, ਸਕਰੀਨ 'ਤੇ ਨੰਬਰ ਮੈਨਸ਼ਨ ਹੈ। ਇਨਸ਼ਾਅੱਲਾ ਮਿਲਦੇ ਅਗਲੀ ਵੀਡੀਓ 'ਚ, ਆਪਣਾ ਖਿਆਲ ਰੱਖੇਗਾ, ਅੱਲਾ ਹਾਫਿਜ਼। ਅਚੁਲਸਤਾਨੀ ਗਾਂ ਦਾ ਬੱਚਾ ਜੀ।